ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੀਵੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਚੁੱਕੀ ਹੈ ਹੁਣੇ-ਹੁਣੇ ਰੂਸ ਨੇ ਯੂਕਰੇਨ ਦੇ ਵਿੱਚ ਇੱਥੇ ਕਰਤਾ ਵੱਡਾ ਹਮਲਾ। ਮੌਕੇ ਤੇ ਲਾਸ਼ਾਂ ਦੇ ਲੱਗੇ ਢੇਰ ਹਰ ਕਿਸੇ ਦੇ ਉੱਡੇ ਹੋਸ਼। ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖ ਲਓ ਪੂਰੀ ਖਬਰ ਦਾ ਤੁਹਾਨੂੰ ਪਤਾ ਲੱਗ ਸਕੇ ਨਾਲ ਹੀ ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਰੂਸ ਅਤੇ ਯੂਕਰੇਨ ਦੇ ਵਿਚਾਲੇ ਜੰਗ ਲਗਾਤਾਰ ਤੇਜ਼ ਹੁੰਦੀ ਜਾ ਰਹੀ ਹੈ ਤੇ ਮੰਗਲਵਾਰ ਨੂੰ ਰੂਸੀ ਫੌਜੀ ਹਮਲੇ ਦੇ ਵਿੱਚ 70 ਤੋਂ ਜ਼ਿਆਦਾ ਯੂਕਰੇਨੀ ਫੌਜੀ ਮਾਰੇ ਗਏ ਸਨ ਤੇ ਰੂਸੀ ਸੈਨਿਕਾਂ ਨੇ ਤੂਪਾ ਦੇ ਨਾਲ ਓਕਟ੍ਰਿਆਕਾ ਵਿੱਚ ਸਥਿਤ ਮਿਲਟਰੀ ਬੇਸ ਨੂੰ ਨਿਸ਼ਾਨਾ ਬਣਾਇਆ ਤੇ ਓਟਿਆਰਕਾ ਸ਼ਹਿਰ ਖਾਰਕੀਵ ਅਤੇ ਕੀਵ ਦੇ ਵਿਚਕਾਰ ਸਥਿਤ ਅਤੇ ਸਪੋਤਨੇਕਾ ਦੇ ਰਿਪੋਰਟ ਦੇ ਮੁਤਾਬਕ ਰੂਸੀ ਫੌਜੀ ਤੇਜ਼ੀ ਨਾਲ ਕੀਵਲ ਵੱਧ ਰਹੇ ਸੀ ਤੇ ਯੂਕਰੇਨ ਦੀ ਰਾਜਧਾਨੀ ਕੀਵ ਤੇ ਕਾਬਜ਼ਾ ਕਰਨ ਦੇ ਲਈ ਹੁਣ ਰੂਸ ਦੁਆਰਾ ਇੱਕ ਵਿਸ਼ਾਲ ਫੌਜੀ ਕਾਫਲਾ ਭੇਜਿਆ ਗਿਆ ਹੈ ਤੇ ਰੂਸ ਦਾ 40 ਮੀਲ ਜਾਨੀ ਕਿ 64 ਕਿਲੋਮੀਟਰ ਲੰਬਾ ਕਾਫਲਾ ਕੀਵ ਵੱਲ ਵੱਧ ਰਿਹਾ ਹੈ ਤੇ ਰੂਸੀ ਹਮਲੇ ਤੋਂ ਬਾਅਦ ਯੂਕਰੇਨ ਨੂੰ ਭੇਜਿਆ ਗਿਆ ਸਭ ਤੋਂ ਲੰਬਾ ਫੌਜੀ ਕਾਫਲਾ ਤੇ ਇਸ ਤੋਂ ਪਹਿਲਾਂ ਭੇਜੇ ਗਏ ਰੂਸੀ ਫੌਜੀ ਕਾਫਲਿਆਂ ਦਾ ਆਕਾਰ 3 ਮੀਲ ਸੀ ਰੂਸੀ ਸੈਨਿਕਾਂ ਦੇ ਕੀਪ ਵੱਲ ਵਧਣ ਦੀਆਂ ਰਿਪੋਰਟਾਂ ਵਿੱਚਕਾਰ ਕਈ ਬਸਤੀਆਂ ਵਿੱਚ ਅੱਗ ਲੱਗਣ ਦੀਆਂ ਖਬਰਾਂ ਵੀ ਆਈਆਂ ਹਨ ਤੇ ਸੈਟੇਲਾਈਟ ਚਿੱਤਰਾਂ ਦੇ ਵਿੱਚ ਵੀ ਕਈ ਬਸਤੀਆਂ ਛੜਦੀਆਂ ਦਿਖਾਈ ਦੇ ਰਹੀਆਂ ਹਨ ਦੂਜੇ ਪਾਸੇ ਖਾਰਕੀਪ ਦੇ ਵਿੱਚ ਵੀ ਸੰਘਾਰਚ ਚੱਲ ਰਿਹਾ ਹੈ ਤੇ ਯੂਕਰੇਨ ਦੇ ਵਿਦੇਸ਼ ਮੰਤਰੀ ਦਮਿਤਰੋ ਕਲੇਵਾਨ ਨੇ ਟਵੀਟ ਕਰਕੇ ਜਾਣਕਾਰ ਦਿੱਤੇ ਹੈ ਕਿ ਉਹਨਾਂ ਨੇ ਅੰਤਰਰਾਸ਼ਟਰੀ ਅਦਾਲਤ ਨੂੰ ਅਪੀਲ ਕੀਤੀ ਹੈ ਤਾਂ ਜੋ ਰੂਸੀ ਫੌਜੀਆ ਦੇ ਹਮਲਿਆਂ ਨੂੰ ਜਲਦ ਤੋਂ ਜਲਦ ਰੋਕਿਆ ਜਾ ਸਕੇ ਤੇ ਪੱਛਮੀ ਦੇਸ਼ਾਂ ਲਗਾਤਾਰ ਰੂਸ ਦੇ ਵਿਰੁੱਧ ਲਾਮਬੰਦ ਹੋ ਰਹੇ ਹਨ। ਕੈਨੇਡਾ ਨੇ ਯੂਕਰੇਨ ਨੂੰ ਐਂਟੀ ਟੈਂਕਾ ਹਥਿਆਰਾਂ ਦੀ ਸਪਲਾਈ ਦਾ ਐਲਾਨ ਕੀਤਾ ਹੈ ਤੇ ਇਹਦੇ ਨਾਲ ਹੀ ਕੈਨੇਡਾ ਨੇ ਰੂਸ ਤੋਂ ਤੇਲ ਖਰੀਦਣ ਤੋਂ ਵੀ ਇਨਕਾਰ ਕਰ ਦਿੱਤਾ ਹੈ ਤੇ ਅਮਰੀਕਾ ਨੇ ਰੂਸ ਦੇ 12 ਡਿਪਲੋਮੈਟਾਂ ਨੂੰ ਕੱਢਣ ਦਾ ਐਲਾਨ ਕੀਤਾ ਹੈ। ਅਮਰੀਕਾ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਕਦਮ ਚੁੱਕਿਆ ਤੇ UNHRC ਦੇ ਵਿੱਚ ਯੂਕਰੇਨ ਦੇ ਮੁੱਦੇ ਨੂੰ ਲੈ ਕੇ ਐਮਰਜੈਂਸੀ ਮੀਟਿੰਗ ਬੁਲਾਉਣ ਦੇ ਲਈ VOTING ਹੋਈ। ਐਸ ਮੀਟਿੰਗ ਨੂੰ ਬੁਲਾਉਣ ਦੇ ਹੱਕ ਵਿੱਚ 29 ਵੋਟਾਂ ਪਈਆਂ ਜਦਕਿ 5 ਨੇ ਵਿਰੋਧ ਕੀਤਾ ਭਾਰਤ ਸਮੇਤ 13 ਦੇਸ਼ਾਂ ਨੇ ਇਸ ਮਾਮਲੇ ਦੇ ਵਿੱਚ ਨਿਰਪੱਖ ਰਹਿਣ ਦਾ ਫੈਸਲਾ ਕੀਤਾ